ਆ ਲਈ ਆ ਕਿਆ ਜੀ ਨਾ ਪਿੱਛੇ ਕਿਆ ਲਾਣ ਕੁਥੇ ਜੀ ਦੋਸਤਾਂ ਮਿਸਾਲ ਉਹ ਲਾ ਲਗਾਉਣਾ ਠੀਕ ਹੈ ਜੀ ਨਾ ਇਸ ਜਗ੍ਹਾ ਉੱਪਰ ਠੀਕ ਹੈ ਨਾ ਇਸ ਜਗ੍ਹਾ ਉੱਪਰ ਚੜਿਆ ਉਹ ਨਜ਼ਰ ਆਈ ਰਿਹਾ ਬਾਟਾ ਨੀ ਮਾਰ ਇਹ ਗੱਲ ਹੀ ਹੈ ਪੌਣੀਆਂ ਵਿੱਚ ਵੀ ਤੁਸੀਂ ਛਾਲ ਮਾਰੀ ਛੋੜੋ ਨਾ ਜਨਾਬ ਇਹ ਚਲ ਚਲ ਇੱਧਰ ਚੋਏ ਉਮੀਦ ਕਰਨਾ ਸਭ ਅੱਲਾਹ ਤਾਲਾ ਨੇ ਫਜ਼ਲ ਕਰਮ ਔਰ ਸ਼ੁਕਰ ਨੇ ਨਾ ਬਿਲਕੁਲ ਠੀਕ ਠਾਕ ਹੋ ਹਾਂਜੀ ਦਾ ਵਰਸ ਜਨਾਬ ਇਲਾਸ ਮੌਜੂਦ ਹਾਂ ਆਪਣੀ ਜਿੱਥੋਂ ਮੈਂ ਵਲਾਗ ਅਕਸਰ ਸ਼ੁਰੂ ਕਰ ਰਹੇ ਹਾਂ ਇਤਨਾ ਸੋਹਣਾ ਵਿਊ ਇਸ ਜਗ੍ਹਾ ਪਹੁੰਚਣਾ ਯਕੀਨ ਮੰਨੋ ਤਾਂ ਬਾਕੀ ਸਾਡੇ ਨਾਲ ਮੌਜੂਦ ਹੈ ਉਹ ਜੀ ਇੱਧਰ ਛੋਏ ਤੱਕੋ ਨਾ ਹੋ ਸਾਨਾ ਲਦਨ ਔਰ ਮੋਇਜ਼ ਜੀ ਠੀਕ ਹੈ ਦੋ ਬੰਦੇ ਸਾਡੇ ਨਾਲ ਮੌਜੂਦ ਹੈ ਚੱਲਣੇ ਪਏ ਸਾਂ ਦਰਬਾਰ ਸ਼ਰੀਫ ਕਰੀਬ ਹੈ ਚੱਲੀ ਤਾਂ ਤੁਸੀਂ ਹਾਈਲਾਈਟ ਦਰਬਾਰ ਸ਼ਰੀਫ ਨੇ ਸਾਲ ਸਾਂ ਔਰ ਉਸ ਤੋਂ ਪਹਿਲੇ ਇੱਕ ਵਿਊ ਕਰਾ ਸਾਂ ਠੀਕ ਹੈ ਇਲਾਕੇ ਨੂੰ ਇਲਾ ਇਤਨਾ ਸੋਹਣਾ ਖੂਬਸੂਰਤ ਵਿਊ ਇਸਨਾ ਪਿਆ ਨਾ ਯਕੀਨ ਮੰਨੋ ਤਾਂ ਬਾਕੀ ਸੂਰਤ ਆ ਲਈ ਹੈ ਕਿਆ ਹੈ ਜੀ ਨਾ ਪਿੱਛੇ ਕਿਆ ਲਾਣ ਕੁਥੇ ਜੀ ਦੋਸਤਾਂ ਮਿਸਾਲ ਉਹ ਲਾ ਉਹ ਮਿਸ਼ਹਿਰੀਆਂ ਨੂੰ ਕੁੱਪਾ ਲਾਣਾ ਜੀ ਜਨਾਬ 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 ਸੋ ਸੈਕ ਕਰ ਰਹੋ ਕਲਿਆ ਲਾਣਾ ਜੀ ਦੋਸਤਾਂ ਜਨਾਬ ਉਹ ਲਗਾਉਣਾ ਸੈਂਟਰ ਨੇ ਵਿੱਚ ਕੁੱਪਾ ਸੀ ਨਜ਼ਰ ਆ ਰਿਹਾ ਸੀ ਠੀਕ ਹੈ ਨਾ ਸ਼ਾਇਦ ਨਾ ਨਜ਼ਰ ਆ ਰਿਹਾ ਵਾਕਿਆ ਕਿ ਬਹੁਤ ਸਾਰੀਆਂ ਝਾੜੀਆਂ ਹਨ ਇਸ ਵਜ੍ਹਾ ਤੂੰ ਨਜ਼ਰ ਨਹੀਂ ਆ ਰਿਹਾ ਇਹ ਲਗਾਉਣਾ ਠੀਕ ਹੈ ਜਨਾਬ ਇਸ ਜਗ੍ਹਾ ਉੱਪਰ ਠੀਕ ਹੈ ਨਾ ਇਸ ਜਗ੍ਹਾ ਉੱਪਰ ਚੜਿਆ ਨਾ ਉਹ ਨਜ਼ਰ ਆ ਰਿਹਾ ਬਾਕੀ ਇੱਥੇ ਲਗਾਉਣਾ ਮੁਖਿਆਰੀਆਂ ਨਾ ਕੁੱਪਾ ਬਹੁਤ ਬੜਾ ਕੁੱਪਾ ਆ ਠੀਕ ਹੈ ਨਾ ਇਹ ਮਿੰਗੇਰੇ ਜਿਹੜੇ ਆ ਨਾ ਨਿੱਕੇ ਨਿੱਕੇ ਸਾਲ ਨੇ ਕਿ ਮਖਿਆਰੀਆਂ ਨੂੰ ਕੁੱਪਾ ਲਾਉਣਾ ਤਾਂ ਉਹ ਅਗਰ ਇੱਥੇ ਵੱਟਾ ਮਾਰਿਆ ਨਾ ਯਕੀਨ ਮੰਨੋ ਇਹ ਸੋ ਸਾਰੀਆਂ ਖਾਸਨ ਮਖਿਆਰੀਆਂ ਠੀਕ ਹੈ ਇਹ ਤਾਂ ਸੋ ਕਿਆ ਕਰਨਾ ਵੱਟਾ ਨਹੀਂ ਮਾਰਾ ਇਹ ਆ ਗੱਲ ਹੀ ਹੈ ਪੌਣੀਆਂ ਵਿੱਚ ਵੀ ਤੁਸੀਂ ਛਾਲ ਮਾਰੀ ਛੋੜੋ ਨਾ ਜਨਾਬ ਇਹ ਨਹੀਂ ਤੁਸੀਂ ਛੋੜਨੀ ਆ ਵੀ ਪਤਾ ਆ ਕੀ ਨਹੀਂ ਮਖਿਆਰੀਆਂ ਅੱਗੇ ਦਰਜ ਲੋ ਉਸ ਜਗ੍ਹਾ ਉੱਪਰ ਲਾਣਾ ਜਨਾਬ ਅੱਗੇ ਆਉਣਾ ਚਲੀ ਸਕਦੇ ਮੈਂ ਤੁਸੀਂ ਜ਼ੂਮ ਕਰ ਸਾਲੀ ਛੋੜਿਆ ਨਾ ਇਹ ਲਾਣਾ ਇਸ ਏਰੀਏ ਵਿੱਚ ਘਣੇ ਵਿੱਚ ਇੱਥੇ ਲਾਣਾ ਕੁੱਪਾ ਵਿੱਚ ਲਾਉਣਾ ਕਾਫੀ ਬੜਾ ਕੁੱਪਾ ਆ ਲੇਕਿਨ ਵਕਤ ਹੀ ਗੁਜਰਿਆ ਸੁਭਾਨ ਜੀ ਸੁਭਾਨ ਜੀ ਇੱਧਰ ਅੱਛੋ ਉਸ ਬਹੁਣ ਰਸਤੇ ਆ ਰਹੇ ਜਨਾਬ ਰਸਤੇ ਆ ਰਹੇ ਸੁਭਾਨ ਇਹਨੇ ਲੜਾਇਆ ਆਉਣਾ ਸਾਂ ਇਹ ਗੱਲ ਪਾਉਣੇ ਆ ਕਿ ਮੈਂ ਕੁੱਪਾ ਲਾਉਣਾ ਮਖਿਆਰੀਆਂ ਨਾਲ ਜਨਾਬ ਸੁਭਾਨ ਜੀ ਇਹ ਜੀ ਕੁੱਪਾ ਲਾਉਣਾ ਮਖਿਆਰੀਆਂ ਨਾਲ ਦਾ ਖਿਆਲ ਕਰਿਆ ਠੀਕ ਹੈ ਓਏ ਇੱਧਰ ਓਏ ਆਹਿਲ ਉਹ ਦੇਖੋ ਉਹ ਗੇਰਾ ਚਾਹ ਰਿਹਾ ਉਹ ਇੱਧਰ ਆਉਣਾ ਕੰਮ 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 ਕਾ ਉਹ ਬੜਾ ਲਾ ਨੀ ਕੁੱਪਾ ਬੱਠਾ ਨਾ ਮਾਰਿਆ ਤੂੰ ਅੰਗਲਾ ਕਰਨਾ ਉਹਨੇ ਤੇ ਮਾਰਸੀਏ ਇਹ ਖਾਸ ਨੇ ਚਲ ਚਲ ਇੱਧਰ ਚੋਏ ਨੀ ਜੁਣਾ ਨਾ ਤੂੰ ਅਸ਼ੋਏ ਤਾ ਦਿਮਾਗ ਕਿਆ ਜਾਂ ਨਹੀਂ ਚਾਹੇ ਮਾਰੀ ਜੁਣੇ ਇੱਥੇ ਕਿਉਂ ਮਾਰੇ ਨੀ ਤੁਸੀਂ ਆਖਣੀ ਹੈ ਕਿ ਉਹ ਜਿਹਦਾ ਵਰਸ ਫਾਈਨਲੀ ਸੋ ਤੱਕੋ ਜੀ ਵਿਊ ਕਿਤਾ ਮਜ਼ੇ ਨਾ ਆ ਰਿਹਾ ਹੋਵੇ ਹੋਏ ਇਹ ਚੈੱਕ ਕਰੋ ਲਾ ਮਾਰੇ ਨਾ ਵਿਊ ਇਹ ਵਿਊ ਚੈੱਕ ਕਰੋ ਬਿਲਕੁਲ ਸਾਫ ਸੁਥਰਾ ਮਾਹੌਲ
ਇਹ ਚੈੱਕ ਕਰੋ ਨਾ ਇਲਾਕਾ, ਬਿਹਤਰੀਨ ਵਿਊ ਆ ਰਿਹਾ ਜੀ, ਆਸਮਾਨ ਚੈੱਕ ਕਰੋ। ਮੁੜੀ ਵਾਪਸੀ ਜਨਾਬ, ਤੁਹਾਨੂੰ ਦੇਖਿਆ ਸੀ ਕਿ ਜਿਹੜੇ ਆ ਵਾਪਸ ਆ ਚੁੱਕੇ ਹਾਂ, ਔਰ ਤਿਆਰ ਸ਼ਿਆਰ ਹੋਈ ਤਾਂ ਕੋਈ ਬਾਰਿਸ਼ ਨੂੰ ਵੀ ਮੌਸਮ ਬਣਨਾ ਪਿਆ, ਔਰ ਤੁਹਾਨੂੰ ਦੇਖਣਾ ਉਸ ਜਨਾਬ ਕਿ ਛੱਤਾਂ ਲਾ ਨਾ ਕਿਸ ਨਾ ਮਖਿਆਰੀਆਂ ਜਨਾਬ, ਕਿਤਨਾ ਬੜਾ ਕੁੱਪਾ ਆ ਮਖਿਆਰੀਆਂ, ਠੀਕ ਹੈ। ਬੇਸਿਕਲੀ ਇਸਨੇ ਵਿੱਚ ਜਿਹੜਾ ਮਾਹੀਓ ਲਿਖਣਾ ਤਾਂ ਕਾਫੀ ਜ਼ਿਆਦਾ ਖਤਰਾ ਹੋਣਾ, ਬੱਚੇ ਸੱਚੇ ਰਸਤੇ ਨਾਲ ਜਗ੍ਹਾ ਆਈ ਹੈ, ਤੁਹਾਨੂੰ ਦੇਖੀਓ ਸੀ ਤਾਂ ਜ਼ਿਆਦਾਤਰ ਬੱਚੇ ਜਿਹੜੇ ਨਾ ਸ਼ਰਾਰਤ ਕਰਨੇ ਰਹੇ ਨੇ, ਸਕੂਲ ਹੀ ਜਾਣੇ ਰਹੇ ਨਾ ਸ਼ਰਾਰਤ ਕਰਨੀ। ਬਾਕੀ ਤੁਹਾਨੂੰ ਦੇਖਿਆ ਕਿ ਕਿਸ ਤਰੀਕੇ ਨਾਲ ਜਨਾਬ ਲਗਾ ਨਾ, ਔਰ ਕਸਾਂ ਮਾਰੇ ਫਾਇਦੇਮੰਦ ਵੀ ਹੈ ਮਾਹੀਓ ਕੱਢੀ ਨਾ ਤੁਸੀਂ, ਔਰ ਇਸਤੇਮਾਲ ਕਰੋ ਦੇਸੀ ਮਾਹੀਓ ਜਨਾਬ। ਬਾਕੀ ਇਸੇ ਤਰੀਕੇ ਨਾਲ ਮਿਲ ਸਕਦੇ ਵੀਡੀਓ ਨਾਲ, ਆਪਣਾ ਬਹੁਤ ਸਾਰਾ ਖਿਆਲ ਰੱਖਿਆ ਔਰ ਦੋਵਾਂ ਲਾਜ਼ਮੀ ਯਾਦ ਰੱਖਿਆ, ਅੱਲਾ ਸੁਣਨੇ ਵਾਲਾ ਹੈ।